السلام علیکم السلام علیکم پاکستان سے تقریبا زین ولاگ سپیک ہے تو میں سونا اپنا میزبان زین اختر آج تو سوا سے ایک زبردست ایک ویڈیو کی نیتا ہے آج جیسا سے موجود ہیں بیول وچ بیول ہی ہم شور ترے گل رہی ہیں سرس پر ہے جلیبی چا تے موٹر سائیکل تے موٹر سائیکل نے نام کیوں تو سارے سے پہلے سارے دماغ وچ اچھنا نظام آٹوز آج اسا موجود ہیں اسلام نظام آٹوز وچ تے اسا نال بڑے پیارے جی بھائی ہے آسم السلام علیکم بھائی وعلیکم السلام سلام سر الحمدللہ صحت عطا بیتا شکر اچھا آسم بھائی میں کیے دسو کہ تسا کی بیسک بلکہ تسا اپنے بارے وچ پہلے دسو کہ تسا کوالیفیکیشن اور پلس یہ پیچھے ہے جو کہ جسنے میں پر سرٹیفکیٹ ہوا رہا اور ایوارڈ ہوا ہے جتنے بھی سو کے اسے بارے تو سوچ رہا کہ اساں گفتگو شروع کراں بیسک دیتا بیبل ہی پڑھنی اساں گورنمنٹ ہائی سکول بیبل صبح میں جاب کر لیا کامرس سکھ رہا پھر اس کے بعد اپنی فیلڈ چا گیا تو سارا اس فیلڈ ایشوز پہلے زری کری ایک کرارے بڑے بندے جڑے سے بزرگ سے انہوں نے نام کافی سا ٹھیک ہے ماشاءاللہ انہوں نے میرے خیال سے اگر میں غلط نہ کافی زیادہ ہے انہوں نے بیول وچ انہوں نے شگے دے ٹھیک ہے تے ایک کس طرح سے خیال آیا کہ میں بھی والد صاحب اس فیلڈ وچ تے میں بھی اس فیلڈ وچ جاؤں بس شروع سے شوق سا خاندانی کام سا اتنی محنت بھی نہیں کرنی پی سیکھنے واسطے کیونکہ بزرگ آلریڈی لگے سے نہیں تکڑا کرنا بس چھوٹا جا کڑا رچن جان لگا کے ਆਹਨੇ ਨੂੰ ਮਤਲਬ ਇਹ ਆ ਕਿ ਸਾਰਾ ਕੁਝ ਸਮਝ ਨਹੀਂ ਸਾਰਾ ਕੋਈ ਖਾਸ ਇਸ ਮਸਲਾ ਨਹੀਂ ਆਇਆ ਸੀ ਕਿਹਨੇ ਉੱਤੇ ਜੋ ਤੁਸਾਂ ਕੋ ਮੈਂ ਤਾਂ ਕਿਹਾ ਕਾਫੀ ਅਵਾਰਡ ਵੀ ਮਿਲੇ ਵੇ ਅਵਾਰਡ ਅਸਲ ਯਮਨ ਕੰਪੀਟੀਸ਼ਨ ਹੋਣੇ ਨੇ ਇਸੇ ਵਾਂ ਗਈ ਨਾ ਸਰ ਅੱਛਾ ਤੇ ਪਹਿਲਾ ਗਿਆ ਸਾ 2006 ਵਿੱਚ ਗਿਆ ਸਾ ਉਸ ਵਿੱਚ ਰਾਵਲਪਿੰਡੀ ਰੀਜਨ ਵਿੱਚ 3 ਪੋਜੀਸ਼ਨ ਆਈ ਸੀ ਮਾਸ਼ਾ ਅੱਲਾ ਫਿਰ ਉਸ ਤੋਂ ਬਾਅਦ ਦੁਬਾਰਾ ਆਇਆ ਸਾ 2011 ਵਿੱਚ ਉਸ ਵਿੱਚ ਸ਼ੁਕਰ ਅਲਹਮਦੁਲਿਲਾ ਇੱਜ਼ਤ ਰਹੀ ਗਈ ਪੂਰੇ ਪਾਕਿਸਤਾਨ ਵਿੱਚ ਪਹਿਲੀ ਪੋਜੀਸ਼ਨ ਆਈ ਮਾਸ਼ਾਅੱਲਾ ਜ਼ਬਰਦਸਤ 54 ਸਮ ਕਨੈਕਟ ਸੀ ਟੋਟਲ ਉਸ ਵਿੱਚ 5500 ਚ ਪਹਿਲੀ ਪੋਜੀਸ਼ਨ ਮਾਸ਼ਾਅੱਲਾ ਹੁਣ ਕਿ ਅਸਾਂ ਆਈ ਸਕਦੇ ਹਾਂ ਕਿ ਅਸਾਂ ਇੱਕ ਵਾਰ ਬੇਵਲ ਵਿੱਚ ਅਨਮੋਲ ਹੀ ਰਹਾ ਹੁਣ ਕਿ ਪਾਕਿਸਤਾਨ ਹੈ ਨਾ ਅਨਮੋਲ ਹੀ ਰਹਾ ਇਸ ਟਾਈਮ ਸਾਰੇ ਬਹੁਤ ਬੈਠੇ ਹੋਏ ਤੇ ਸਰ ਮੈਂ ਸੋ ਕਿ ਇਹ ਤਾਂ ਕਿਹਾ ਕਿ ਸਭ ਤਕਰੀਬਨ ਅੰਟੀਕ ਪੀਸ ਵੀ ਪੇ ਰਿਹਾ ਹੈ ਖੂਬਸੂਰਤ ਹੈ ਬਲਕਿ ਇਹਨਾਂ ਨੇ ਆਪਣਾ ਇੱਕ ਚੈਨਲ ਵੀ ਆ ਚੈਨਲ ਨਾਮ ਨਿਜ਼ਾਮ ਆਟੋਜ਼ ਨਿਜ਼ਾਮ ਆਟੋਜ਼ ਨੇ ਨਾ ਨਾ ਇਹਨਾਂ ਦਾ ਚੈਨਲ ਵੀ ਆ ਉਸ ਤੇ ਅਗਰ ਤੁਸੀਂ ਸਬਸਕ੍ਰਾਈਬ ਕਰੀ ਕਰੋ ਤੇ ਇਹਨਾਂ ਉਸ ਨੇ ਵੀਡੀਓਜ਼ ਵੀ ਖੂਬਸੂਰਤ ਸੀ ਨਹੀਂ ਵੀ ਆਪਣੇ ਜਿੰਨੇ ਵੀ ਮੋਟਰਸਾਈਕਲ ਆ ਆਪ ਨੂੰ ਤਿਆਰ ਕਰਨੇ ਹੁਣ ਜਿਹੜਾ ਸਭ ਮੈਂ ਤਾਂ ਕਹਾਂਗਾ ਬਲੈਕ ਕਲਰ ਦਾ ਖਰਦਾ ਵਾ ਇਸ ਨੇ ਬਾਰੇ ਚ ਕੋਈ ਦੱਸੋ ਬਾਓ ਇਹ ਅਸਲ ਮੈਚਲੈਸ ਆ ਮਾਡਲ G3 ਵਾਲਾ ਹੈ ਅੱਛਾ ਔਰ ਇਹ ਰੋ ਮੈਂ ਦੇਖਿੰਗ 1949 ਕਿਹੜੀ ਜਗ੍ਹਾ ਦਾ ਬੰਦਾ ਵਾ ਬ੍ਰਿਟਿਸ਼ ਮੋਟਰਸਾਈਕਲ ਆ ਅੱਛਾ ਬ੍ਰਿਟਿਸ਼ ਮੇਡ ਇਨ ਇੰਗਲੈਂਡ ਆ ਇਹ ਅਸੀਂ ਕਾਫੀ ਬਣਾਏ ਸੀ ਉਹਨਾਂ ਇੰਗਲੈਂਡ ਵਾਲੀ ਜਰਮਨੀ ਵਾਲੇ ਵਾਸਤੇ ਅੱਛਾ ਇਹ ਉਹਨਾਂ ਵਿੱਚ ਇੱਕ ਪੀਸ ਆ ਕਾਫੀ ਰੇਅਰ ਹੈ ਡੀ ਚੀਜ਼ ਹੈ ਮੈਂ ਇਸ ਕੀ ਤੱਕ ਕਿ ਸਾਨੂੰ ਦੁਬਾਰਾ ਇਸ ਕੀ ਕਲਰ ਸੋ ਕਿਹੜੀ ਹਰ ਚੀਜ਼ ਜ਼ਬਰਦਸਤ ਤਿਆਰ ਕੀਤੀ ਅਸਲ ਇਹ ਜਿਸ ਅਲਾ ਸਾਨੂੰ ਪੁੱਛਿਆ ਨਾ ਕਾਫੀ ਇਸ ਬੁਰਾ ਹਾਲ ਸਾ ਅੱਛਾ ਉਹ ਜਿਹੜਾ ਬੰਦਾ ਸੀ ਵੀਡੀਓ ਤੱਕ ਸੀ ਨਾ ਉਸਕੀ ਸਹੀ ਸਮਝ ਆ ਗਿਆ ਸੀ ਪਹਿਲੇ ਰੁਣੀ ਕਿਤਨਾ ਪਤਾ ਉਹ ਕਾਫੀ ਮਿਹਨਤ ਹੋਈ ਸਭ ਕਰ ਜਿੱਤਾ ਇਸ ਦੀ ਕੁਝ ਚੀਜ਼ ਲੱਭਣੀ ਨਹੀਂ ਸੀ ਤੇ ਜਿੱਤੀ ਵੀ ਆ ਇਸ ਦੀਆਂ ਚੀਜ਼ਾਂ ਆ ਸਾਰੀਆਂ ਅਲਹਮਦੁਲਿਲਾ ਆਪ ਨੂੰ ਤਿਆਰ ਕਰੀ ਤੇ ਬਈਆਂ ਇਹਨਾਂ ਜਾਂ ਪਰ ਫਿਟ ਕੀਤੀਆਂ ਔਰ ਸ਼ੁਕਰ ਅਲਹਮਦੁਲਿਲਾ ਕਿ ਇੱਕ ਮੋਟਰਸਾਈਕਲ ਤਿਆਰ ਕਰਨੇ ਤਕਰੀਬਨ ਕਿੰਨਾ ਟਾਈਮ ਕਿੰਨੇ ਹੋ ਸੋ ਜਿਹੜੇ ਰੂਟੀਨ ਨੇ ਮੋਟਰਸਾਈਕਲ ਜਿਸਾ ਜਾਮਾ ਹੋ ਗਿਆ 70 ਹੋ ਗਿਆ 125 ਇਹ ਸਭ ਦਾ ਇਤਨਾ ਟਾਈਮ ਨਹੀਂ ਲੱਗਾ ਇਹ 20-40 ਰੋਜ਼ ਇੱਕ ਪੂਰਾ ਮੋਟਰਸਾਈਕਲ ਤਿਆਰ ਹੋ ਗਿਆ ਲੇਕਿਨ ਜਿਹੜਾ ਇਹ ਆ ਨਾ ਇਸ ਵਾਸਤੇ ਕੋਈ ਚੀਜ਼ ਅਸਾਂ ਕਿ ਬਾਜ਼ਾਰੋਂ ਨਹੀਂ ਲੱਭਣੀ ਇਸ ਦੀ ਠੀਕ ਹੈ ਆਪ ਨੂੰ ਬਣਾਉਣੀ ਪੈਣੀ ਬਣਾਉਣੀ ਪੈਣੀ ਆਨਲਾਈਨ ਗਾਣੀ ਪੈਣੀ ਉਸੇ ਆਨਲਾਈਨ ਸਿਰਫ ਇਸ ਨੇ ਰਿੰਗਸ ਮੰਗਵਾਈਆਂ ਸੀ ਆਨ ਇੰਗਲੈਂਡ ਤੋਂ ਜਿਹੜੀਆਂ ਆਈਆਂ ਸੀ 68 ਪਾਉਂਡ ਦੀ 68 ਪਾਉਂਡ ਸਿਰਫ ਤਰੀ ਬਾਕੀ ਫਿਰ ਅੱਗੇ ਤੋਂ ਸਾਥ ਲੱਗੇ ਹੁਣ ਇਸ ਨੇ ਕਿੰਨੀ ਪ੍ਰਾਈਸ ਦੀ ਕਿ ਪ੍ਰਾਈਸ ਦੇ ਹੀ ਬਣੀ ਸੀ ਪ੍ਰਾਈਸ ਅਸਲ ਜਿਹੜਾ ਕਿ ਤੁਸੀਂ ਇਸ ਕੀ ਸਰਚ ਕਰੋ ਨਾ ਇੰਟਰਨੈਟ ਉੱਪਰ ਉੱਥੇ
ਜਿਹੜੇ ਅਕਸ਼ ਲਗੇ ਨਾ ਇਸ ਨੇ ਇੰਗਲੈਂਡ ਵਿੱਚ ਜੀ ਜੀ ਉੱਥੇ ਬੜਾ ਬਿਹਤਰੀਨ ਇੱਕ ਚੀਜ਼ ਕਰੀ ਹੋਈ ਕਿ ਤੁਸਾਂ ਨਿੱਕਾ ਮੋਟਾ ਅਗਰ ਕੰਮ ਜਿਹੜਾ ਇੱਥੇ ਅਚਰੇ ਸੀ ਉਹ ਤੁਸਾਂ ਉਹਨਾਂ ਕੀ ਯੂਟਿਊਬ ਉੱਪਰ ਵੀ ਦੱਸਣੇ ਪਿਓ ਕਿ ਬੰਦਾ ਆਪ ਬੰਦਾ ਘਰ ਭੇਜੇ ਫਿਰ ਸਕਣਾ ਇਨਸ਼ਾਅੱਲਾ ਪੂਰੀ ਕੋਸ਼ਿਸ਼ ਸੀ ਕਿ ਕਿਸੇ ਕੀ ਕੋਈ ਮਸਲਾ ਨਾ ਹੋਵੇ ਜ਼ਬਰ ਸਾਰਾ ਜ਼ਾਰੀ ਕਰ ਬਾਕੀ ਲੋਕ ਵੀ ਕੰਟੈਕਟ ਕਰਨੇ ਹੋ ਸਰ ਮੈਂ ਅਸਲ ਨਾ ਮੈਂ ਅਸਲ ਨਾਲ ਇਸ ਨਾਲ ਪੇਜ ਫੇਸਬੁੱਕ ਨਾਲ ਪੂਰੇ ਪਾਕਿਸਤਾਨ ਤੋਂ ਕਾਲ ਆਇਆ ਸੀ ਜੀ ਜੀ ਉਹਨਾਂ ਇੱਕ ਮੋਟਰਸਾਈਕਲ ਤਕਰੀਬਨ ਹੋਈ ਗਈ ਉਸਕੀ ਅੱਜ 12-17 ਹੋ ਗਈ ਉਹ ਸਰਕਸ ਹੋਇਆ ਸਾ ਫਿਰ ਉਹਨਾਂ ਬੁੱਕ ਕਰਾਇਆ ਸਾ ਉੱਥੋਂ ਤੁਸਾਂ ਕੋਸ਼ਿਸ਼ ਕਰ ਸਕਾਂ ਕਿ ਨੈਕਸਟ ਟਾਈਮ ਜਿਸ ਲਈ ਵੀ ਆਇਆ ਅੱਜ ਫਾਕਨ ਆਪਣਾ ਮੋਟਰਸਾਈਕਲ ਸਾ ਉਸਨੇ ਮਾਰੇ ਆਏ ਹਾਂ ਤੇ ਕੋਈ ਭਾਈ ਹੋਰਾਂ ਨਾਲ ਪਿਆਰ ਸਾ ਉਸਨੇ ਮੁਝੇ ਸੁਆਗ ਗਿਆ ਸਾ ਇੱਥੇ ਜੱਬਰ ਸੁਸਾਂ ਇੱਥੇ ਆਏ ਹਾਂ ਕਿਉਂਕਿ ਅੱਜ ਸਾ ਕੇਸ ਦੱਸਿਆ
ਮਾਸ਼ਾਅੱਲਾ ਸੋ ਕਿ ਭਾਈ ਹੋਰ ਨੇ ਸਰਟੀਫਿਕੇਟ ਦਿਸਨੇ ਪੇ ਤੇ ਨੈਕਸਟ ਵੀਡੀਓ ਚ ਸਾ ਕੋਸ਼ਿਸ਼ ਕਰ ਸਕੇ ਜਿਤਨੇ ਵੀ ਅੰਟੀ ਕਿਨਾਂ ਨੇ ਹੋਰ ਪੀਸ ਹੈ ਜਿਤਨਾ ਵੀ ਹੋਰ ਕੰਮ ਕਰਨੇ ਪੇ ਅਸਾਂ ਕੋ ਖਾਸ ਜੋ ਸਪੈਸ਼ਲ ਨੰਬਰ ਸਾਹਿਬ ਖੋਲਿਆ ਅਸਾਂ ਕੋਸ਼ਿਸ਼ ਕਰ ਸਕੇ ਟੂਰ ਲਾਸਾਂ ਔਰ ਇਹਨਾਂ ਨੇ ਜਿਤਨੇ ਵੀ ਅਪਡੇਟ ਜਾਂ ਸੋ ਕਿ ਇਹਨਾਂ ਨੇ ਆਪਣੇ ਯੂਟਿਊਬ ਚੈਨਲ ਉੱਪਰ ਵੀ ਮਿਲੀ ਜਾ ਕਰ ਸਨ ਜੇ ਤੂੰ ਸਾਰਾ ਟੂਰ ਅਸੀਂ ਅਧੂਰੀ ਸੇ ਮਿਲੀ ਜਾ ਸਨ ਇਜਾਜ਼ਤ ਚਾਹਾਂ ਅਗਲੀ ਵੀਡੀਓ ਮਿਲਦੇ ਹਾਂ ਅੱਲਾ ਹਾਫਿਜ਼।